ਜੀ ਸਤਿ ਸ਼੍ਰੀ ਅਕਾਲ ਜੀ, ਕਿਵੇਂ ਮੇਰੀ ਸਾਰੀ ਯੂਟਿਊਬ ਫੈਮਿਲੀ? ਆਈ ਹੋ ਫਰੈਂਡ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਮੈਂ ਵੀ ਠੀਕ ਹਾਂ। ਅਤੇ ਫਰੈਂਡ ਇੱਥੇ ਲੱਗੀ ਸੀਗੀ ਮੈਂ ਨਾ ਆਪਣੇ ਜਿਹੜੀ ਕੰਧ ਕਰਤੀ ਹੈ ਰਮਨੀਤ ਦੇ ਡੈਡੀ ਨੇ ਇੰਨੀ ਕੁ ਤਿਆਰ ਕਰਤੀ ਹੈ ਅਤੇ ਹੁਣ ਗਏ ਨੇ ਆਪਣੇ ਕੰਮ 'ਤੇ, ਹੈ ਨਾ ਵੀ ਚਲੋ ਦੁਪਹਿਰ ਤੱਕ ਆਪਣਾ ਕੰਮ ਨਿਬੇੜ ਆਉਣਗੇ ਅਤੇ ਇਹ ਤਾਂ ਚਲੋ ਆਪਣੇ ਘਰ ਦਾ ਕੰਮ ਹੈ ਵੀ ਚਾਹੇ ਤਾਂ ਘੰਟਾ ਲਗਾ ਦੀ 2 ਘੰਟੇ ਲਗਾ ਦੀ ਇਹਨੂੰ ਤਾਂ ਯਾਨੀ ਕਿ ਤਿਆਰ ਕਰ ਹੀ ਦੇਣਗੇ, ਹੈ ਨਾ ਵੀ ਇਹ ਤਾਂ ਚਲੋ ਆਪਣਾ ਬਾਅਦ ਦਾ ਕੰਮ ਹੈ ਨਾ, ਪਹਿਲਾਂ ਆਪਾਂ ਨੂੰ ਕੰਮ ਜ਼ਰੂਰੀ ਹੈ ਨਾ, ਜਿਹਦੇ ਨਾਲ ਆਪਾਂ ਨੇ ਇਹ ਘਰ ਬਣਾਉਣਾ, ਰੋਟੀ ਪਾਣੀ ਖਾਣੀ ਹੈ ਨਾ, ਉਹ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਪਹਿਲਾਂ ਰਮਨੀਤ ਦੇ ਡੈਡੀ ਸਵੇਰੇ ਚਲੇ ਗਏ ਨੇ ਆਪਣੇ ਕੰਮ 'ਤੇ ਅਤੇ ਦੁਪਹਿਰ ਤੱਕ ਦਾ ਹੀ ਸੀਗਾ ਉਹਨਾਂ ਦਾ ਕੰਮ। ਅਤੇ ਇੱਥੇ ਫਿਰ ਮੈਂ ਤਾਂ ਹੀ ਮੈਂ ਕਿਹਾ ਦੇ ਦਿੰਦੀ ਹਾਂ ਆਪਾਂ ਪਾਣੀ ਦੇ ਦਿੰਦੇ ਹਾਂ ਕੰਧ ਨੂੰ, ਵੀ ਚਲੋ ਜੇ ਆਉਣਗੇ ਜਦੋਂ ਉਹ ਹੈ ਨਾ ਦੁਪਹਿਰ ਤੋਂ ਬਾਅਦ ਤਾਂ ਉਹਨਾਂ ਨੂੰ ਕੰਧਾਂ ਭਰੀ ਹੋਈ ਮਿਲਣਗੀਆਂ। ਅਤੇ ਬਾਕੀ ਵੈਸੇ ਮੈਨੂੰ ਕਹਿ ਕੇ ਨਹੀਂ ਗਏ ਸੀਗੇ ਵੀ ਕੰਧਾਂ ਨੂੰ ਪਾਣੀ ਦੇ ਦੀ, ਪਰ ਮੈਨੂੰ ਪਤਾ ਹੀ ਹੈ ਵੀ ਅਗਲੇ ਦਿਨ ਜਦੋਂ ਚੁਣਾਈ ਆਪਾਂ ਕਰ ਦਿੰਦੇ ਹਾਂ ਤਾਂ ਅਗਲੇ ਦਿਨ ਪਾਣੀ ਵਗੈਰਾ ਲੱਗਦਾ, ਇਸ ਕਰਕੇ ਮੈਂ ਲਗਾ ਦੇਵਾਂਗੀ ਨਾ ਹੁਣ। ਅਤੇ ਨਾਲ ਦੀ ਨਾਲ ਮੈਂ ਪਲਾਂਟ ਨੂੰ ਵੀ ਦੇ ਦੇਵਾਂਗੀ, ਇਹ ਵੀ ਵਿਚਾਰੇ ਹੈ ਨਾ ਪਿਆਸੇ ਜਿਹੇ ਹੋਏ ਪਏ ਸੀਗੇ, ਅਤੇ ਇਹਨਾਂ ਨੂੰ ਵੀ ਹੁਣ ਨਵਾ ਦੇਵਾਂਗੀ, ਖਿੜ ਜੀ ਜਾਣਗੇ ਐਨ ਵਧੀਆ ਸਾਫ਼ ਹੋ ਜਾਣਗੇ। ਵੈਸੇ ਮਿੱਟੀ 'ਚ ਕਾਫ਼ੀ ਦਿਨ ਹੋ ਗਏ, ਕਾਫ਼ੀ ਦਿਨ ਨਹੀਂ ਹੋਏ, 2-3 ਦਿਨ ਹੋ ਗਏ ਇਹਨਾਂ ਨੂੰ ਭਰਦਿਆਂ ਨੂੰ, ਪਰ ਕਰਾ ਕੀ ਹੈ ਨਾ ਇਹਨਾਂ ਦੀ ਜਗ੍ਹਾ ਹੋਰ ਹੈ ਵੀ ਨਹੀਂ, ਹੈ ਨਾ ਇੱਥੇ ਹੀ ਰਹਿਣਗੇ। ਇਸ ਕਰਕੇ ਵੀ ਜਦੋਂ ਵੀ ਅਸੀਂ ਇੱਟਾਂ ਨੂੰ ਪਾਣੀ ਵਗੈਰਾ ਦਿੰਦੇ ਹਾਂ ਜਾਂ ਕੁਛ ਵੀ ਕਰਦੇ, ਨਾਲ ਦੀ ਨਾਲ ਇਹਨਾਂ ਨੂੰ ਵੀ ਨਵਾ ਦਿੰਦੇ ਹਾਂ, ਹੈ ਨਾ। ਅਤੇ ਇੱਥੇ ਹੁਣ ਮੈਂ ਨਾਲ ਦੀ ਨਾਲ ਜਿਹੜੀਆਂ 8 ਇੱਟਾਂ ਇਹਨਾਂ ਦੀ ਚਿਣਾਈ ਹੋਊਗੀ, ਇਹਨਾਂ ਨੂੰ ਵੀ ਮੈਂ ਪਾਣੀ ਦੇ ਦੇਵਾਂਗੀ, ਹੈ ਨਾ। ਜਿਵੇਂ ਵੈਸੇ ਤਾਂ 2-3 ਦਿਨ ਹੋ ਗਏ ਦਿਨੇ ਰੋਜ਼ ਹੀ ਆ, ਪਰ ਤੁਹਾਨੂੰ ਹੈ ਨਾ ਪਤਾ ਹੀ ਹੈ ਜਿਵੇਂ ਕਿ ਗਰਮੀ ਕਿੰਨੀ ਪੈ ਰਹੀ ਹੈ, ਅਤੇ ਫਿਰ ਉਹ ਪਾਣੀ ਨਾਲ ਦੀ ਨਾਲ ਉਹ ਹੋ ਜਾਂਦਾ, ਹੈ ਨਾ। ਮਖਾ ਚੱਲਾ ਦੇ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਇਹ ਕਰ ਦਿੰਦੀ ਹਾਂ, ਵੀ ਉਂਝ ਚਾਹੇ ਮੈਨੂੰ ਕਹਿ ਕੇ ਨਹੀਂ ਗਏ ਹੈਗੇ, ਪਰ ਆਉਂਦੇ ਸਾਰ ਮੈਨੂੰ ਪੁੱਛਣਗੇ ਜ਼ਰੂਰ। ਮੈਨੂੰ ਇਹ ਗੱਲ ਜ਼ਰੂਰ ਪਤਾ ਸੀ ਵੀ ਮੈਨੂੰ ਜ਼ਰੂਰ ਪੁੱਛਣਗੇ ਵੀ ਹਾਂ ਪਾਣੀ ਪੂਣੀ ਦਿੱਤਾ ਸੀਗਾ। ਮਖਾ ਚਲੋ ਵੀ ਮੈਂ ਦੇ ਦਿੰਦੀ ਹਾਂ, ਹੈ ਨਾ, ਵੀ ਕਹਿ ਦਾਂਗੀ ਹਾਂ ਭਾਈ ਦੇ ਤਾ ਸੀਗਾ, ਹੈ ਨਾ। ਨਹੀਂ ਤਾਂ ਫਿਰ ਰਮਨੀਤ ਦੇ ਡੈਡੀ ਮੈਨੂੰ ਕਹਿ ਦਿੰਦੇ ਹੁੰਦੇ ਨੇ ਵੀ ਜਾਂ ਵੀ ਪਾਣੀ ਦੇਣਾ ਵੀ ਦੇਣਾ ਕਿ ਨਹੀਂ, ਪਰ ਮੈਂ ਇਹਨੇ ਥੋੜ੍ਹਾ ਹੀ ਦਿੱਤਾ ਸੀਗਾ। ਚਲੋ ਜੀ ਫਰੈਂਡ, ਪਾਣੀ ਆਪਣਾ ਲੱਗ ਗਿਆ ਅਤੇ ਹੁਣ ਮੈਂ ਪੈਪ ਬੰਦ ਕਰਕੇ ਆਉਂਦੀ ਹਾਂ, ਉੱਪਰੋਂ ਲਾਇਆ ਹੋਇਆ ਨਾ ਤਾਂ ਕਰਕੇ ਹੁਣ ਮੈਂ ਕੰਮ ਹੋਰ ਕਰਦੀ ਹਾਂ ਘਰ ਦੇ, ਹੈ ਨਾ। ਹੈਲੋ ਜੀ ਫਰੈਂਡ, ਸਤਿ ਸ਼੍ਰੀ ਅਕਾਲ ਜੀ। ਅਤੇ ਫਰੈਂਡ ਹੋਰ ਸੁਣਾਓ ਕਿਵੇਂ ਹੋ? ਆਈ ਹੋ ਫਰੈਂਡ ਤੁਸੀਂ ਠੀਕ ਹੋਵੋਗੇ। ਅਤੇ ਅੱਜ ਮੈਂ ਬਲੌਗ ਹੈ ਨਾ ਦੁਪਹਿਰ ਜੀ ਤੋਂ ਸਟਾਰਟ ਕਰ ਰਹੀ ਹਾਂ। ਰਮਨੀਤ ਅਤੇ ਡੈਡੀ ਗਏ ਹੋਏ ਨੇ ਕੰਮ 'ਤੇ, ਲੈਟ ਬੰਦ ਕਰ ਦਿੰਦੀ ਹਾਂ ਨਾ। ਰਮਨੀਤ ਅਤੇ ਡੈਡੀ ਗਏ ਹੋਏ ਨੇ ਕੰਮ 'ਤੇ, ਸਵੇਰੇ ਚਲੇ ਗਏ ਸੀਗੇ, ਦੁਪਹਿਰ ਤੱਕ ਦਾ ਉਹਨਾਂ ਦਾ ਕੰਮ ਹੈ। ਅਤੇ ਬਸ ਉਹ ਹੁਣ ਆਉਣ ਵਾਲੇ ਨੇ ਕਿਉਂਕਿ ਦੁਪਹਿਰ ਹੋ ਹੀ ਗਈ ਹੈ, 12 ਵੱਜਣ ਵਾਲੇ ਨੇ, 11:30 ਹੋ ਚੁੱਕੇ ਨੇ। ਅਤੇ ਇੱਥੇ ਮੈਂ ਨਾ ਆਪਣੇ ਕੰਮ ਕਰ ਲਏ ਨੇ, ਕਿਚਨ ਵੀ ਦੇਖੋ ਹੋ ਗਈ ਆਪਣੀ, ਭਾਂਡੇ ਭੁੰਡੇ ਮੈਂ ਮਾਂਜਤੇ, ਅਤੇ ਬਾਹਰੇ ਮੈਂ ਪਾਣੀ ਵੀ ਦਿਆਈ ਆਪਣੇ ਰੂਮ ਨੂੰ, ਜਿਹੜਾ ਆਪਣਾ ਨਿਊ ਰੂਮ ਤਿਆਰ ਕਰ ਰਹੇ ਹਾਂ, ਕਮਰਾ ਤਿਆਰ ਕਰ ਰਹੇ ਹਾਂ। ਅਤੇ ਦੇਖੋ ਇੱਧਰੋਂ ਨਹੀਂ ਆਉਂਦਾ ਹੈਗਾ, ਇੱਧਰੋਂ ਆਉਂਦਾ ਸਹੀ ਸ਼ਾਇਦ, ਹੈ ਨਾ। ਵੈਸੇ ਇਹ ਕੰਧ ਕੱਢ ਲਈ ਆਪਾਂ ਨੇ, ਅਤੇ ਉੱਪਰ ਤੱਕ ਅੱਜ ਜਾ ਰਹੀ ਹੈ, ਦੇਖਦੇ ਹਾਂ ਅਗਰ ਜੇ ਰਮਨੀਤ ਦੇ ਡੈਡੀ ਉੱਪਰ ਤੱਕ ਅੱਜ ਲੈ ਗਏ ਤਾਂ ਛੱਤ ਨਾਲ, ਹੈ ਨਾ, ਵੀ ਕੰਪਲੀਟ ਸ਼ਾਇਦ ਅੱਜ ਕਰ ਦੇਣਗੇ ਅਗਰ ਜੇ ਟਾਈਮ ਨਾਲ ਆ ਗਏ ਅਤੇ ਹੈਲਪਰ ਵਧੀਆ ਮਿਲ ਗਿਆ ਉਹਨਾਂ ਨੂੰ, ਯਾਨੀ ਕਿ ਮੈਂ, ਹੈ ਨਾ, ਵੀ ਜੇ ਮੈਂ ਵਧੀਆ ਸਾਫ ਉਹਨਾਂ ਦਾ ਦੇ ਤਾ, ਕਿਉਂਕਿ ਉੱਤੇ ਜੀ ਜਾ ਕੇ ਨਾ ਫਿਰ ਇੱਟਾਂ ਵਗੈਰਾ ਫੜਾਉਣੀਆਂ ਬਹੁਤ ਜ਼ਿਆਦਾ ਔਖੀਆਂ ਹੋ ਜਾਂਦੀਆਂ ਨੇ, ਅਤੇ ਫਿਰ ਮੈਨੂੰ ਥਕਾਵਟ ਜਿਹੀ ਵੀ ਹੋ ਜਾਂਦੀ ਹੈ ਕੁਛ, ਉਸ ਟਾਈਮ ਸ਼ਾਮ ਨੂੰ ਵੀਡੀਓ ਦਾ ਵੀ ਟਾਈਮ ਹੋ ਜਾਂਦਾ ਪਾਉਣ ਦਾ, ਹੈ ਨਾ, ਐਂ ਹੋ ਜਾਂਦਾ। ਅਤੇ ਹਲੇ ਤੱਕ ਤਾਂ ਆਏ ਨਹੀਂ ਹੈਗੇ, ਹਲੇ ਆਪਣਾ ਕੰਮ ਕਰਨਗੇ ਨੇ ਉਹ ਜੀ।
ਹੁਣ ਇਹ ਬੂਟੇ ਵੀ ਮੈਨੇ ਚੱਕਣੇ ਪੈਣਗੇ, ਇਹਨਾਂ ਨੂੰ ਮੈਂ ਦੇਖਦੀ ਹਾਂ ਕਿੱਥੇ ਸੈੱਟ ਕਰਦੀ ਹਾਂ। ਰਮਨੀਤ ਦੇ ਡੈਡੀ ਤਾਂ ਮੈਨੂੰ ਕੱਲ੍ਹ ਦੇ ਕਹਿ ਰਹੇ ਨੇ ਵੀ ਚੱਕ ਚੱਕ ਆਪਣਾ ਸਮਾਨ ਚੱਕ, ਹੈ ਨਾ, ਟਿੰਡ ਫੋੜੀ ਕਹਿੰਦਾ ਚੱਕ ਆਪਣਾ ਸਮਾਨ ਬਾਰੇ ਕੱਢ ਵੀ ਥੋੜ੍ਹਾ ਕਿ ਚਲੋ ਵਧੀਆ ਉਹ ਹੋ ਜੂ, ਕੰਮ ਜਿਹਾ ਹੋ ਜੂਗਾ। ਅਤੇ ਮੈਂ ਦੇਖਦੀ ਉਹ ਪਲਾਂਟ ਨੇ ਜਿਹੜੇ ਇੱਥੇ ਲਗਾ ਦੇਵਾਂ ਨਾ ਆਪਣੇ ਇੱਥੇ ਪੌੜੀਆਂ ਦੇ ਵਿੱਚ, ਸੋਹਣੇ ਲੱਗਣਗੇ। ਤੁਲਸੀ ਮਾਤਾ ਜਿਹੜੀ ਉਹ ਤਾਂ ਚਲੋ ਆਪਾਂ ਬਾਹਰ ਹੀ ਰੱਖ ਲਵਾਂਗੇ ਜਾਂ ਫਿਰ ਇੱਥੇ ਲਗਾਵਾਂਗੇ, ਹੈ ਨਾ, ਜਿੱਥੇ ਮੰਜਾ ਖੜਿਆ। ਇਹ ਵੀ ਮੰਜਾ ਮੈਂ ਹਾਲੇ ਤਾਂ ਖੜਿਆ ਕਰਿਆ ਹੋਇਆ ਕਿਉਂਕਿ ਬਾਹਰ ਮਿੱਟੀ ਚੜ੍ਹਦੀ ਹੈ ਨਾ, ਤਾਂ ਕਰਕੇ ਤਾਂ ਇੱਕ ਵੈਲਡਿੰਗ ਕਰਾਉਣ ਵਾਲਾ ਪਿਆ ਸੀ। ਆਹ ਇੱਥੋਂ ਟੁੱਟਿਆ ਪਿਆ ਇਹ ਮੰਜਾ, ਦੋਨੇ ਮੰਜੇ ਹੈ ਨਾ ਇੱਥੋਂ ਗਏ ਹੋਏ ਨੇ, ਇਹ ਟੁੱਟ ਰਹੇ ਨੇ, ਪਰ ਅਸੀਂ ਐਵੇਂ ਸਾਰੀ ਜਾਂਦੇ ਹਾਂ। ਅਤੇ ਚਲੋ ਜੀ, ਹੁਣ ਮੈਂ ਨਾ ਭਿੰਡੀਆਂ ਧੋ ਕੇ ਰੱਖਦੀ ਹਾਂ, ਦੁਪਹਿਰੇ ਆਪਣੀ ਸਬਜ਼ੀ ਹੈ ਨਹੀਂਗੀ ਕੁਛ, ਭਿੰਡੀਆਂ ਕਰਦੇ ਹਾਂ ਆਪਾਂ ਫਰਿੱਜ 'ਚੋਂ ਕੱਢ ਲਈਆਂ ਭਿੰਡੀਆਂ, ਦੁਪਹਿਰੇ ਸਬਜ਼ੀ ਬਣਾਵਾਂਗੇ। ਅਤੇ ਬਾਕੀ ਜਿਹੜੇ ਚੈਨਲ 'ਤੇ ਨਾ ਨਿਊ ਆਉਂਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਨਾ, ਪਲੀਜ਼ ਫੁੱਲ ਵਾਚ ਕਰਿਆ ਕਰੋ। ਸੋ ਕਿ ਘੱਟੋ ਘੱਟ ਯਾਨੀ ਕਿ ਪਹਿਲੇ ਜਿਹੜੇ 5-7 ਮਿੰਟ ਹੁੰਦੇ ਨੇ, ਬੈਠੀ ਗਈ ਮੈਂ ਤਾਂ, ਪਹਿਲੇ ਜਿਹੜੇ 5-7 ਮਿੰਟ ਹੁੰਦੇ ਨੇ ਉਹ ਤਾਂ ਜ਼ਰੂਰ ਵਾਚ ਕਰਿਆ ਕਰੋ, ਹੈ ਨਾ। ਅਤੇ ਇੱਥੇ ਬਸ ਭਿੰਡੀਆਂ ਧੋ ਕੇ ਘਾਲ ਲੈਣੇ, ਰਮਨੀਤ ਦੇ ਡੈਡੀ ਆਉਣਗੇ, ਭਿੰਡੀਆਂ ਸੋਖ ਹੋ ਜਾਣਗੀਆਂ, ਬਣਾ ਕੇ ਰੱਖ ਦਿੰਦੀ ਹਾਂ ਮੈਂ। ਅਤੇ ਮੈਂ ਕਰਦੀ ਹਾਂ ਪਹਿਲਾਂ ਵੀਡੀਓ ਐਡਿਟ ਕਰਦੇ ਹਾਂ ਕਿਉਂਕਿ ਸ਼ਾਮ ਨੂੰ ਫਿਰ ਟਾਈਮ ਨਹੀਂ ਲੱਗਣਾ ਹੈਗਾ, ਸ਼ਾਮ ਨੂੰ ਰਮਨੀਤ ਦੇ ਡੈਡੀ ਨਾਲ ਮੈਨੇ ਕੰਮ ਕਰਾਉਣਾ। ਅਤੇ ਚਲੋ ਚਲੋ ਜੀ, ਬਣੇ ਰਹਿਣਾ, ਆਪਾਂ ਕਰਦੇ ਹਾਂ, ਹੈ ਨਾ, ਭਿੰਡੀਆਂ ਧੋ ਕੇ ਰੱਖ ਦੇਵਾਂ ਮੈਂ। ਅਤੇ ਲਓ ਜੀ, ਹੁਣ ਮੈਂ ਆਪਣੀਆਂ ਭਿੰਡੀਆਂ ਸੁੱਕਣੀਆਂ ਲਾਉਣ ਤੋਂ ਬਾਅਦ ਮੈਂ ਕਿਹਾ ਚਲੋ ਮੈਂ ਥੋੜ੍ਹੀ ਜਿਹੀ ਡਸਟਿੰਗ ਜੀ ਕਰ ਦਿੰਦੀ ਹਾਂ। ਪੋਚਾ ਮੈਂ ਲਾ ਲਿਆ ਸੀਗਾ ਅਤੇ ਪੋਚਾ ਲਾਉਣ ਤੋਂ ਬਾਅਦ ਹੀ ਮੈਂ ਕਿਹਾ ਫੇਰ ਕਰਾਂਗੀ ਨਾ ਡਸਟਿੰਗ। ਅਤੇ ਇੱਥੇ ਮੈਂ ਪਹਿਲਾਂ ਸੋਫੇ ਵਗੈਰਾ ਇਹ ਸਾਫ਼ ਕਰ ਦਿੰਦੀ ਹਾਂ। ਅਤੇ ਵੈਸੇ ਮੈਂ ਇਹਨਾਂ 'ਤੇ ਨਾ ਹੁਣ ਚਾਦਰੀ ਪਾ ਕੇ ਰੱਖਦੀ ਹਾਂ। ਮੈਂ ਰਮਨੀਤ ਦੇ ਡੈਡੀ ਨੂੰ ਕਿਹਾ ਸੀਗਾ ਵੀ ਆਪਾਂ ਨਾ ਗਲਵ ਜਿਹੜੇ ਹੁੰਦੇ ਨੇ ਇਹਦੇ ਗਲਾਫ ਵਗੈਰਾ ਜੇ ਹੁੰਦੇ ਨੇ ਕਵਰ ਹੁੰਦੇ ਨੇ ਇਹਨਾਂ ਦੇ ਵੀ ਉਹ ਮੰਗਵਾ ਲੈਂਦੀ ਹਾਂ, ਹੈ ਨਾ। ਪਰ ਰਮਨੀਤ ਦੇ ਡੈਡੀ ਨੇ ਮੈਨੂੰ ਹਲੇ ਜਵਾਬ ਦੇ ਦਿੱਤਾ, ਕਹਿੰਦੇ ਹਲੇ ਕੁਛ ਨਾ ਮੰਗਾਈ ਇਹਨਾਂ 'ਤੇ ਵੀ ਉਹਨਾਂ ਦੇ ਮਾਇੰਡ 'ਚ ਐਵੇਂ ਚੱਲ ਰਿਹਾ ਵੀ ਜੇ ਆਪਾਂ ਨੇ ਰੱਖਣੇ ਹੋਏ ਰੱਖਾਂਗੇ ਆਪਾਂ, ਨਹੀਂ ਤਾਂ ਫਿਰ ਆਪਾਂ ਦੁਬਾਰਾ ਇਹਨਾਂ ਨੂੰ ਉਹ ਕਰ ਦੇਵਾਂਗੇ ਨਾ ਵੀ ਆਪਣੀ ਪਸੰਦ ਦੇ ਹੋਰ ਚਲੋ ਲੈ ਕੇ ਆਵਾਂਗੇ ਇਸ ਕਰਕੇ, ਹੈ ਨਾ, ਵੀ ਆਪਾਂ ਸੇਲ ਵੀ ਕਰ ਸਕਦੇ ਹਾਂ। ਅਤੇ ਤਾਂ ਕਰਕੇ ਹੈ ਨਾ ਹਲੇ ਉਹਨਾਂ ਨੇ ਮੈਨੂੰ ਕਵਰ ਵਗੈਰਾ ਨਹੀਂ ਲਿਆ ਕੇ ਦਿੱਤੇ, ਬਾਕੀ ਹਲੇ ਦੇਖਾਂਗੇ, ਹੈ ਨਾ, ਵੀ ਕੀ ਕਰਦੇ ਆਪਾਂ। ਇਸ ਕਰਕੇ ਇਹਨਾਂ ਨੂੰ ਮੈਂ ਢੱਕ ਕੇ ਹੀ ਰੱਖਦੀ ਹਾਂ ਤਾਂ ਕਿ ਮਿੱਟੀ ਘੱਟਾ ਵਗੈਰਾ ਨਾ ਪਵੇ। ਅਤੇ ਐਨ ਵਧੀਆ ਇਹਨਾਂ ਨੂੰ ਕਵਰ ਕਰ ਦਾਂਗੇ ਹੁਣ ਮੈਂ ਚਾਦਰ ਨਾਲ, ਬਸ ਜਿਵੇਂ ਦਾ ਮੈਨੂੰ ਆਉਂਦਾ ਬਸ ਮੈਨੇ ਉਵੇਂ ਦਾ ਕਰਤਾ ਸੀਗਾ। ਤੁਹਾਨੂੰ ਪਤਾ ਚਾਦਰ ਨਾਲ ਤਾਂ ਇੰਨਾ ਕਵਰ ਹੁੰਦਾ ਨਹੀਂ ਹੈਗਾ, ਪਰ ਮੈਨੇ ਆਪਣੇ ਤਰੀਕੇ ਨਾਲ ਵਧੀਆ ਹੀ ਕੀਤਾ ਸੀਗਾ, ਹੈ ਨਾ, ਢੱਕਦੀਆਂ ਸੀਗੀਆਂ ਇਹਨਾਂ ਨੂੰ ਬਸ ਧੂੜ ਮਿੱਟੀ ਤੋਂ ਵੀ ਬਚਾਉਣ ਲਈ, ਹੈ ਨਾ। ਅਤੇ ਇੱਥੇ ਹੁਣ ਮੰਮੀ ਵੀ ਆ ਗਏ ਸੀਗੇ, ਮੰਮੀ ਪਤਾ ਨਹੀਂ ਮੈਨੂੰ ਕੀ ਕਹਿ ਰਹੇ ਸੀਗੇ, ਹਾਂ ਮੈਂ ਮੰਮੀ ਨੂੰ ਇੰਝ ਕਹਿ ਰਹੀ ਸੀਗੀ, ਮਹਾਂ ਮੰਮੀ ਵੀ ਇੰਝ ਕਰਕੇ ਵੀ ਆਪਾਂ ਨੇ ਉਹ ਕਰਨੇ ਨੇ, ਹੈ ਨਾ, ਸੇਲ ਕਰਨੇ ਨੇ ਵੀ। ਰਮਨੀਤ ਦੇ ਡੈਡੀ ਕਹਿੰਦੇ ਨੇ ਮੰਮੀ ਸਾਨੂੰ ਬੋਲਣ ਲੱਗੀ, ਕਹਿੰਦੀ ਤੁਸੀਂ ਚੀਜ਼ ਆਉਣ ਨਹੀਂ ਦਿੰਦੇ ਹੈਗੇ, ਪਹਿਲਾਂ ਸੇਲ ਦੀ ਤੁਹਾਨੂੰ ਪਹਿਲਾਂ ਹੋ ਜਾਂਦੀ ਹੈ, ਹੈ ਨਾ, ਤਾਂ ਕਰਕੇ। ਅਤੇ ਮੰਮੀ ਮੈਨੂੰ ਕਾਫੀ ਬੋਲੀ ਸੀਗੀ, ਹੁਣ ਕਹਿੰਦੀ ਨਾ, ਕਹਿੰਦੀ ਸੋਹਣੇ ਨੇ, ਕਹਿੰਦੀ ਵਧੀਆ ਨੇ, ਕਹਿੰਦੀ ਕਮਰਾ ਹੁਣ ਬਣ ਰਿਹਾ, ਹੋਰ ਕਹਿੰਦੀ ਕਾਹਦੇ ਵਾਸਤੇ ਕਮਰਾ ਬਣਾ ਰਹੇ ਹੋ ਤੁਸੀਂ, ਹੈ ਨਾ, ਸੋਫਿਆਂ ਵਾਸਤੇ। ਮੈਂ ਕਿਹਾ ਸੋਫਿਆਂ ਵਾਸਤੇ ਫਿਰ ਆਪਾਂ ਨੇ ਕਮਰਾ ਬੰਦ ਨਹੀਂ ਕਰਨਾ ਹੈਗਾ, ਆਪਾਂ ਨੇ ਯੂਜ਼ ਕਰਨਾ ਵੀ ਆਪਣੇ ਬੱਚੇ, ਹੈ ਨਾ, ਇਹਦੇ ਉੱਤੇ ਬੈਠ ਉਹ ਕਰਦੇ ਨੇ, ਖਾਣਾ ਪੀਣਾ ਵੀ ਇਸੇ 'ਤੇ ਕਰਦੇ ਨੇ, ਹੈ ਨਾ। ਹੁਣ ਤਾਂ ਕਰਕੇ ਮੰਮੀ ਕਹਿੰਦੀ ਬੱਚੇ ਤਾਂ ਕਹਿੰਦੀ ਇੰਝ ਹੀ ਕਰਦੇ ਨੇ, ਮੰਮੀ ਬੋਰ ਹੀ ਸੀਗੀ, ਕਹਿੰਦੀ ਨਾ, ਕਹਿੰਦੀ ਵੇਚਣੇ ਨਹੀਂ ਹੈਗੇ, ਠੀਕ ਹੈ ਇਹ ਵੀ ਜਿਵੇਂ ਦੇ ਵੀ ਆ ਗਏ। ਅਤੇ ਮੈਂ ਕਿਹਾ ਚਲੋ ਬਾਕੀ ਦੇਖਦੇ ਹਾਂ, ਹੈ ਨਾ, ਕੱਲ੍ਹ ਦਾ ਕੀ ਪਤਾ, ਹੈ ਨਾ। ਅਤੇ ਬਾਕੀ ਕੱਲ੍ਹ ਨੂੰ ਕੱਲ੍ਹ ਦੀ ਦੇਖਾਂਗੇ, ਫਿਲਹਾਲ ਤਾਂ ਆਪਾਂ ਨੇ ਚਲੋ ਰੱਖ ਰੱਖੇ ਨੇ ਟੱਕ ਟੁੱਕ ਕੇ। ਅਤੇ ਇੱਥੇ ਹੁਣ ਮੈਂ ਮੰਮੀ ਤੋਂ, ਹੈ ਨਾ, ਇਹ ਆਪਾਂ ਨੇ ਲਿੱਤੀਆਂ ਸੀਗੀਆਂ ਦੁਪਹਿਰ ਖੇੜੀਆਂ, ਇਹਨੇ ਕਾਫੀ ਦਿਨ ਦੀ ਲਿੱਤੀਆਂ ਹੋਈਆਂ ਸੀਗੀਆਂ, ਅਤੇ ਵੈਸੇ ਹੈ ਨਹੀਂ ਸੀਗਾ ਕੋਈ
ਗਮਲਾ ਵਗੈਰਾ ਕੋਈ ਖਾਲੀ ਨਹੀਂ ਸੀ, ਫਿਰ ਇਹ ਪਈ ਸੀਗੀ ਸ਼ਾਨੂ ਦੀ ਬਾਸਕਿਟ ਜੀ ਪਈ ਸੀਗੀ ਸੈਂਕਲੀ ਦੀ, ਫਿਰ ਉਸੇ 'ਤੇ ਰਮਨੀਤ ਮੰਮੀ ਨੇ ਲਗਾ ਤੀ ਸੀਗੀ, ਹੈ ਨਾ, ਅਤੇ ਥੋੜ੍ਹੀ ਬਹੁਤੀ ਗੁੱਡ ਗੁਡੋਈ ਜੀ ਕਰਤੀ ਸੀਗੀ। ਅਤੇ ਲੋ ਫਰੈਂਡ ਇੱਥੇ ਫਿਰ ਮੰਮੀ ਹੁਣ ਬਾਗੇ ਸੀਗੇ ਮੰਮੀ ਜਾਣ ਤੋਂ ਬਾਅਦ, ਮੈਂ ਕਿਹਾ ਹੁਣ ਫਟਾਫਟ ਮੈਂ ਸਬਜ਼ੀ ਕੱਟ ਦਿੰਦੀ ਹਾਂ, ਅਤੇ ਨਾਲ ਦੀ ਨਾਲ ਮੈਂ ਟਾਈਮ ਦੇਖ ਰਹੀ ਸੀਗੀ ਵੀ ਸ਼ਾਨੂ ਨੂੰ ਲੈ ਕੇ ਆਵਾਂਗੀ ਮੈਂ ਸ਼ਾਨੂ ਦੀ, ਕਿਉਂਕਿ ਅੱਜ ਡਿਊਟੀ ਮੇਰੀ ਲੱਗ ਗਈ ਹੈ। ਰਮਨੀਤ ਦੇ ਡੈਡੀ ਜੇ ਘਰੇ ਹੁੰਦੇ ਨੇ ਫਿਰ ਆਪ ਹੀ ਲਿਆਉਂਦੇ ਨੇ, ਨਹੀਂ ਫਿਰ ਮੈਨੂੰ ਲੈ ਕੇ ਆਉਣਾ ਪੈਂਦਾ ਸਕੂਟੀ, ਉਹ ਬਾਹਰੇ ਕੱਢ ਗਏ ਸੀਗੇ, ਹੈ ਨਾ। ਅਤੇ ਇੱਥੇ ਮੈਂ ਪਾਣੀ ਵੀ ਰੱਖ ਲਿਆ, ਹੁਣ ਨਾ ਮੈਂ ਪਾਣੀ ਵੱਧ ਪੀਣ ਲੱਗ ਗਈ, ਜਿਵੇਂ ਪਹਿਲਾਂ ਨਾ ਗਰਮੀਆਂ 'ਚ ਮੈਂ ਜਿੰਨਾ ਕਿ ਵੀ ਪਿਆਸ ਲੱਗਦੀ ਹੁੰਦੀ ਸੀਗੀ ਉਸ ਟਾਈਮ ਵੀ ਪੀਂਦੀ ਹੁੰਦੀ ਸੀਗੀ, ਪਰ ਨਹੀਂ ਹੁਣ ਮੈਨੂੰ ਜਦ ਵੀ ਯਾਦ ਆ ਜਾਂਦਾ ਨਾ ਵੀ ਹਾਂ ਪਾਣੀ, ਫਿਰ ਮੈਂ ਕਾਫੀ ਗਲਾਸ ਵੀ ਯਾਨੀ ਕਿ ਪੀ ਲੈਂਦੀ ਹਾਂ, ਮੈਂ 6-7 ਗਲਾਸ ਮੰਗੂ ਦਿਨ 'ਚ ਪੀ ਜਾਂਦੀ ਹਾਂ, ਵੱਧ ਭਾਵੇਂ ਪੀ ਜਾਂਦੀ ਹੋਵਾਂ ਪਰ ਪੀ ਲੈਂਦੀ ਹਾਂ ਹੁਣ ਮੈਂ, ਹੈ ਨਾ, ਕਿਉਂਕਿ ਹੁਣ ਆਪਣੀ ਕੇਅਰ ਵੀ ਕਰਨੀ ਮੈਨੇ ਸ਼ੁਰੂ ਕਰਤੀ ਹੈ। ਬਾਕੀ ਤੁਹਾਡੇ ਨਾਲ ਅੱਗੇ ਮੈਂ ਸ਼ੇਅਰ ਕਰਾਂਗੀ ਆਪਣੇ ਫੇਸ ਦੇ ਵੀ ਹਿਸਾਬ ਨਾਲ ਮੈਂ ਕੀ ਕੁਛ ਖਾਂਦੀ ਪੀਂਦੀ ਹਾਂ। ਅਤੇ ਇੱਥੇ ਚਲੋ ਜੀ ਸਬਜ਼ੀ ਕੱਟ ਗਈ ਸੀਗੀ, ਅਤੇ ਸ਼ਾਨੂੰ ਨਾ ਰਮਨੀਤ ਦੇ ਡੈਡੀ ਉਹ ਲਿਆਏ ਸੀਗੇ, ਹੈ ਨਾ, ਟਾਈਮ 'ਤੇ ਲਿਆਏ ਸੀਗੇ, ਬਸ ਮੈਂ ਜਾਣ ਲੱਗੀ ਨਾਲ ਦੀ ਨਾਲ ਉਹ ਆ ਗਏ ਸੀਗੇ, ਹੈ ਨਾ, ਲਿਆਏ ਸੀਗੇ ਸ਼ਾਨੂੰ ਨੂੰ। ਅਤੇ ਸ਼ਾਨੂੰ ਨੂੰ ਲਿਆਉਣ ਤੋਂ ਬਾਅਦ ਫਿਰ ਦੁਬਾਰੇ ਕੰਮ 'ਤੇ ਚਲੇ ਗਏ ਸੀਗੇ, ਅਤੇ ਇੱਥੇ ਫਿਰ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਸਬਜ਼ੀ ਨੂੰ ਚਲੋ ਤੜਕਾ ਲਗਾ ਤਾ ਸੀਗਾ, ਮਖਾਉਂਦੇ ਸਾਰ ਫਿਰ ਰੋਟੀ ਮੰਗਣਗੇ, ਨਹੀਂ ਤਾਂ ਫਿਰ ਮੈਨੂੰ ਬੋਲਣਗੇ, ਹੈ ਨਾ, ਵੀ ਟਾਈਮ 'ਤੇ ਵੀ ਭੁੱਖ ਲੱਗੀ ਹੋਈ ਹੈ ਵੀ ਰੋਟੀ ਪਾਣੀ ਨਹੀਂ ਬਣਿਆ ਹੈਗਾ। ਅਤੇ ਇੱਥੇ ਹੁਣ ਮੈਂ ਸ਼ਾਨੂੰ ਨੂੰ ਦੇਖ ਰਹੀ ਸੀਗੀ, ਮੇਰੇ ਪਹਿਲਾਂ ਹੀ ਮਨ 'ਚ ਸੀਗਾ ਵੀ ਹਾਂ ਇਹ ਇੱਥੇ ਲੁਕੂਗਾ, ਹੈ ਨਾ, ਵੈਸੇ ਘਰ 'ਚ ਮਿੱਟੀ ਨੂੰ ਦੇਖਣੀ ਚਾਹੀਦੀ ਹੈ, ਦੁਪਹਿਰੇ ਸਕੂਲ ਤੋਂ ਆਉਣ ਤੋਂ ਬਾਅਦ ਇਹਨੇ ਮਿੱਟੀ 'ਚ ਖੇਡਣਾ ਹੀ ਖੇਡਣਾ, ਹੈ ਨਾ, ਪਰ ਮੈਨੂੰ ਨਾ ਹੁਣ ਐਂ ਸੀਗਾ ਵੀ ਹੁਣ ਇਹ ਮਿੱਟੀ 'ਚ ਜੇ ਲਿਬੜ ਗਿਆ ਬੈੱਡਾਂ 'ਤੇ ਚੜੂਗਾ ਸੋਫਿਆਂ 'ਤੇ ਚੜੂਗਾ, ਹੈ ਨਾ, ਫਿਰ ਸਾਰੇ ਖਰਾਬ ਕਰ ਦੂਗਾ ਵੀ ਇੰਨਾ ਮੇਰਾ ਸਫਾਈ ਸਾਫ਼ ਸਫਾਈ ਕੀਤੀ ਹੋਈ, ਹੈ ਨਾ, ਅਤੇ ਆ ਖਲੋਣੇ ਦੇਖੋ ਰੱਖ ਰੱਖੇ ਨੇ, ਮੈਂ ਕਿਹਾ ਇਹਨਾਂ ਨਾਲ ਖੇਡ ਲੈ ਤੂੰ। ਅਤੇ ਚਲੋ ਜੀ ਇੱਥੇ ਹੁਣ ਆਪਣੀ ਸਬਜ਼ੀ ਵੀ ਬਣ ਗਈ ਸੀਗੀ, ਹੁਣ ਮੈਂ ਦੇ ਦੇਵਾਂਗੀ ਇਹਨਾਂ ਨੂੰ ਰੋਟੀ, ਬਸ ਫਿਰ ਰੋਟੀ ਖਾਂਦੇ ਸਾਰ ਆਪਣੇ ਕੰਮ 'ਤੇ ਲੱਗ ਜਾਣਗੇ, ਨਾਲੇ ਮੈਨੂੰ ਵੀ ਲਾ ਲੈਣਗੇ, ਹੈ ਨਾ। ਅਤੇ ਇੱਥੇ ਬਸ ਰੋਟੀ ਵਗੈਰਾ ਚੋਪੜ ਕੇ ਦੇ ਦਿੰਦੇ ਹਾਂ ਆਪਾਂ। ਸ਼ਾਨੂੰ ਨੂੰ ਵੀ ਕਿਹਾ ਸੀਗਾ ਮੈਂ ਸ਼ਾਨੂੰ ਤੂੰ ਵੀ ਖਾ ਲਾ, ਪਰ ਨਹੀਂ, ਹੈ ਨਾ, ਸ਼ਾਨੂੰ ਤਾਂ ਖੀਰੇ ਨਾਲ ਹੀ ਰੱਜ ਗਿਆ ਸੀਗਾ, ਉਹਨੇ ਇੱਕ ਖੀਰਾ ਸਾਫ ਕੇ ਚੱਕ ਲਿਆ ਸੀਗਾ ਅਤੇ ਨਹੀਂ ਖਾ ਲਿਆ ਸੀਗਾ ਉਹਨੇ। ਅਤੇ ਚਲੋ ਜੀ ਇੱਥੇ ਰੋਟੀ ਰੋਟੀ ਖਾਣ ਤੋਂ ਬਾਅਦ ਰਮਨੀਤ ਦੇ ਡੈਡੀ ਨੇ ਲਗਾਤੀ ਸੀਗੀ ਡਿਊਟੀ, ਨਾਲੇ ਆਪਦੀ ਨਾਲੇ ਮੇਰੀ, ਹੈ ਨਾ। ਰਮਨੀਤ ਦੇ ਡੈਡੀ ਹੁਣ ਚੜ ਗਏ ਸੀਗੇ ਉੱਪਰ, ਯਾਨੀ ਕਿ ਚਣਾਈ ਕਰਨ ਆਪਣੇ, ਕੀ ਕਹਿੰਦੇ ਨੇ, ਮੈਂ ਭੁੱਲ ਗਈ ਹਾਂ ਕੀ ਕਹਿੰਦੇ ਨੇ ਇਹਨਾਂ ਨੂੰ, ਸਪੋਟਾਂ ਨਹੀਂ, ਪਤਾ ਨਹੀਂ ਕੀ ਕਹਿੰਦੇ ਨੇ, ਉਹ ਤਾਂ ਚੜ ਗਏ ਸੀਗੇ ਢੁੱਲੇ 'ਤੇ, ਹਾਂ ਢੁੱਲੇ 'ਤੇ ਚੜ ਗਏ ਸੀਗੇ। ਅਤੇ ਬਸ ਫਿਰ ਮੈਂ ਉਹਨਾਂ ਹੈ ਇੱਟਾਂ ਰੱਖੀ ਜਾਵਾਂਗੀ ਅਤੇ ਉਹਨਾਂ ਨੂੰ ਫੜਾਈ ਜਾਵਾਂਗੀ। ਅਤੇ ਇੱਥੇ ਰਮਨੀਤ ਤੋਂ ਵੀ ਅੱਜ ਕਾਫੀ ਕੰਮ ਲਿਆ ਆਪਾਂ ਨੇ, ਹੈ ਨਾ, ਰਮਨੀਤ ਤੋਂ ਵੀ ਹੈਲਪ ਲਈ ਹੈ, ਤਿਆਰ, ਹਾਂ ਪੈੜਾ ਹੋ ਗਈਆਂ, ਪੈੜਾ ਕਹਿੰਦੇ ਨੇ ਇਹਨੂੰ, ਪੈੜਾ ਹੋ ਗਈਆਂ ਤਿਆਰ। ਅਤੇ ਬਸ ਹੁਣ ਰਮਨੀਤ ਦੇ ਡੈਡੀ ਇੱਟਾਂ ਵਗੈਰਾ ਰੱਖ ਲੈਣਗੇ ਅਤੇ ਮੈਂ ਚੱਕ ਚੱਕ ਕੇ ਲਵੇ ਲਗਾਈ ਜਾਵਾਂਗੀ। ਅਤੇ ਇੱਥੇ ਸ਼ਾਨੂੰ ਦੇਖੋ, ਹੈ ਨਾ, ਪੂਰਾ ਮਸਤ ਹੋ ਰਿਹਾ, ਹੈ ਨਾ, ਇੱਕ ਤਾਂ ਨਾ ਇਹ ਰੇਤਾ ਯਾਨੀ ਕਿ ਠੰਡਾ, ਹੈ ਨਾ, ਠੰਡਾ ਠੰਡਾ ਪਿਆ ਸੀਗਾ, ਮੀਂਹ ਜਿਵੇਂ ਆ ਕੇ ਹਟਿਆ ਸੀਗਾ, ਗਿੱਲਾ ਹੀ ਸੀਗਾ ਇਹ, ਅਤੇ ਉਹਦੇ ਕਰਕੇ ਵਧੀਆ ਲੱਗ ਰਿਹਾ ਸੀਗਾ ਕੁਛ, ਇਹ ਪੂਰਾ ਐਨ ਮਸਤ ਹੈ ਕਿਉਂਕਿ ਇਹਨੂੰ ਨਾ ਲਿਬੜਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ, ਹੈ ਨਾ, ਇਹਨੂੰ ਵੀ ਖੇਡਣ ਦਾ ਐਨ ਪੂਰਾ ਮਸਤ ਹੋ ਕੇ ਮਿੱਟੀ ਦੇ ਵਿੱਚ, ਹੈ ਨਾ, ਇਹਨੂੰ ਕਾਫੀ ਜਗ੍ਹਾ ਟੋਏ ਟੋਏ ਜਿਹੇ ਪੱਟੇ ਹੋਏ ਨੇ ਜਿਵੇਂ ਤੁਹਾਨੂੰ ਪਤਾ ਆਪਣੇ ਕੱਚਾ ਹੀ ਹੈ, ਅਤੇ ਟੋਏ ਜਿਹੇ ਪੱਟ ਪੱਟ ਕੇ ਕਿਤੇ ਕੁਛ ਦੱਬ ਰੱਖਿਆ ਨੇ, ਕਿਤੇ ਆਪਣੇ ਖਿਲੌਣੇ ਦੱਬ ਰੱਖੇ ਨੇ, ਕਿਤੇ ਮੇਰੀ ਚੂੜੀਆਂ ਦੱਬ ਰੱਖੀਆਂ ਨੇ, ਇਹੋ ਜਿਹੇ ਖੇਡ ਖੇਡਦਾ ਇਹ। ਮੈਂ ਕਿਹਾ ਚੱਲ ਇਹਨੂੰ 10-15 ਮਿੰਟ ਇਹਨੂੰ ਪੂਰੀ ਮਸਤੀ ਕਰ ਲੈਂਦੇ ਅਤੇ ਫਿਰ ਇਹਨੂੰ ਉੱਧਰ ਮੰਮੀ ਕੰਨੀ ਉਹ ਛੱਡ ਕੇ ਆਵਾਂਗੇ, ਅਤੇ ਨਹੀਂ ਤਾਂ ਫਿਰ ਇਹਨੇ ਆਪਾਂ ਨੂੰ ਕੰਮ ਵਗੈਰਾ ਕਰਨ ਨਹੀਂ ਦੇਣਾ, ਹੈ ਨਾ। ਅਤੇ ਇਸੇ ਲਈ ਇੱਥੇ ਹੁਣ ਮੈਂ ਇਹਨੂੰ ਨਵਾ ਦੇਵਾਂਗੀ, ਮੈਂ ਕਿਹਾ ਨਵਾ ਧਵਾ ਕੇ ਭੇਜਦੀ ਆ ਇਹਨੂੰ, ਹੈ ਨਾ, ਸਮਾਰ ਕੇ ਐਨ ਚੰਗੀ ਤਰ੍ਹਾਂ, ਹੈ ਨਾ। ਅਤੇ ਚਲੋ ਜੀ ਇੱਥੇ ਹਵਾ ਵੀ ਚੱਲ ਰਹੀ ਸੀਗੀ ਅਤੇ ਇਹਨੂੰ ਮੈਂ ਹੁਣ ਨਵਾ ਦੇਵਾਂਗੀ, ਅਤੇ ਮੰਮੀ ਕੰਨੀ ਹੁਣ ਚਲੋ ਇਹਦੀ ਸ਼ਾਮ ਤੱਕ ਦੀ ਛੁੱਟੀ ਹੈ, ਹੈ ਨਾ, ਮੰਮੀ ਕੰਨੀ ਰਹੂਗਾ ਹੁਣ ਇਹ। ਅਤੇ ਲਓ ਜੀ ਫਰੈਂਡ, ਹੁਣ ਇੱਟਾਂ ਮੈਂ ਲਗਾ ਦੀਆਂ, ਜਿੰਨੀ ਕੁ ਇਹਨਾਂ ਤੋਂ ਲੱਗਣਗੇ ਨਾ ਉੱਪਰ ਆਹ ਚੜਾਈ 'ਤੇ, ਹੁਣ ਚੜ ਗਿਆ ਮੈਨੂੰ ਸਾਹ, ਅਤੇ ਸਾਨੂੰ ਭੇਜਤਾ ਉੱਧਰ,
ਸਾਨੂੰ ਉਧਰ ਭੇਜਤਾ, ਸਾਨੂੰ ਮੈਂ ਉਧਰ ਭੇਜਤਾ, ਤੇ ਹੁਣ ਮੈਂ ਕਰਦੀ ਥੋੜੀ ਬਹੁਤੀ ਵੀਡੀਓ ਐਡਿਟ ਕਰਦੀ ਆ। ਮੈਨੂੰ ਹਾਂ ਕਮਾ ਲਿਆ ਜਦੋਂ ਮਸਾਲਾ ਖਤਮ ਹੋ ਗਿਆ, ਤੇ ਬਸ ਹੁਣ ਕੱਲਾ ਮਸਾਲਾ ਉਹਨਾਂ ਦਾ ਬੱਠਾ ਖਾਲੀ ਹੋ ਗਿਆ, ਤੇ ਹੁਣ ਮੈਂ ਕਰਦੀ ਥੋੜੀ ਰੈਸਟ ਪੈਂਦੀ ਆ ਮੈਂ। ਅਤੇ ਲਓ ਜੀ ਹੁਣ ਤਾਂ ਨਾ ਮੈਨੂੰ ਆਰਾਮ ਕਰਨ ਵੀ ਨਹੀਂ ਦਿੰਦੇ ਹੈਗੇ, ਆਰਾਮ ਹੀ ਨਹੀਂ ਹੁੰਦਾ ਹੈਗਾ ਹੁਣ। ਪਰ ਜਦੋਂ ਥੋੜ੍ਹਾ ਕੁ ਪੈਨੇ ਉਹਦੀ ਇਹਨਾਂ ਨੇ ਆਵਾਜ਼ ਮਾਰ ਲਈ ਸੀਗੀ। ਅਤੇ ਵੈਸੇ ਰੋਟੀ ਖਾ ਕਰੇ ਮੈਨੂੰ ਨੇਸ ਦੀ ਬਹੁਤ ਜ਼ਿਆਦਾ ਚੜ੍ਹਦੀ ਹੁੰਦੀ, ਮੈਂ ਚਾਹੇ ਨਾ 10 ਮਿੰਟ ਪੈ ਜਾਵਾਂ, ਪਰ ਜਦੋਂ ਪੈ ਜਾਂਦੇ ਨਾ ਸਰੀਰ ਐਨ ਵਧੀਆ ਉਹ ਹੋ ਜਾਂਦਾ, ਖੁੱਲ੍ਹ ਜਾਂਦਾ ਨਾ, ਕੰਮ ਜੀ ਕਰਨ ਦੀ ਹਿੰਮਤ ਜੀ ਆ ਜਾਂਦੀ ਹੈ ਹੈ ਨਾ। ਬਸ ਮੈਨੂੰ ਰੋਟੀ ਖਾਣ ਤੋਂ ਬਾਅਦ ਥੋੜ੍ਹਾ ਕੁ ਪੈਣ ਦੀ ਉਂਝ ਨਹੀਂ ਨੀਂਦ ਨਹੀਂ ਆਉਂਦੀ ਹੈਗੀ ਮੈਨੂੰ, ਵੀ ਹਾਂ ਥੋੜ੍ਹੀ ਕੁ ਜਿਵੇਂ ਕਿ ਅੱਖ ਦੀ ਝਪਕੀ ਜੀ ਲੈਣੀ ਹੋਵੇ ਹੈ ਨਾ, ਬਸ ਉਨਾ ਕੀ ਬਹੁਤ ਹੁੰਦਾ। ਅਤੇ ਚਲੋ ਜੀ ਇੱਥੇ ਹੁਣ ਇਹਨਾਂ ਮੈਂ ਸਮਿੰਟ ਰੇਤਾ ਫੜਾਈ ਜਾਂਦੀ ਸੀਗੀ, ਅਤੇ ਬਾਕੀ ਹੁਣ ਰਮਨੀਤ ਨੇ ਵੀ ਬਹੁਤ ਹੈਲਪ ਕੀਤੀ, ਇਹਨਾਂ ਨੇ ਸਮਿੰਟ ਵਗੈਰਾ ਫੜਾਇਆ ਸੀਗਾ, ਆਹ ਕੀ ਕਹਿੰਦੇ ਹੁੰਦੇ ਨੇ ਮਸਾਲਾ ਹੈ ਨਾ। ਅਤੇ ਮੈਂ ਥੋੜ੍ਹੀ ਜਿਹੀ ਆਪਣੀ ਵੀਡੀਓ ਵਗੈਰਾ ਕੀਤੀ ਸੀਗੀ, ਅਤੇ ਹੁਣ ਵੀਡੀਓ ਵਗੈਰਾ ਐਡਿਟ ਕਰਨ ਤੋਂ ਬਾਅਦ ਮੈਂ ਆ ਗਈ ਸੀਗੀ। ਮੈਂ ਕਿਹਾ ਚਲੋ ਹੁਣ ਮੈਂ ਇਹ ਮਸਾਲਾ ਜਿਹੜਾ ਸਾਰਾ ਸੰਭਰ ਦਿੰਦੀ ਹਾਂ। ਰਮਨੀਤ ਦੇ ਡੈਡੀ ਕਹਿੰਦੇ ਕਹਿੰਦੇ ਬਸ ਵੀ ਜਿੰਨੀ ਕੁ ਲੱਗ ਗਈ ਹੈ ਨਾ ਬਹੁਤ ਹੈ, ਯਾਨੀ ਕਿ ਉਹਨਾਂ ਨੇ ਥੋੜ੍ਹੀ ਜਿਹੀ ਲਾਤੀ ਸੀਗੀ, ਕਾਫੀ ਯਾਨੀ ਕਿ ਅੱਧੀ ਲਗਾਤੀ ਸੀਗੀ ਨਾ ਅੱਧੀ। ਕਹਿੰਦੇ ਰਮਨੀਤ ਦੇ ਡੈਡੀ ਵੀ ਕੱਲ੍ਹ ਨੂੰ ਲਾ ਦੇਵਾਂਗੇ ਵੀ ਲੰਬੀ ਕੰਧ ਹੋ ਜੂਗੀ, ਵੀ ਫੇਰ ਲਗਾ ਦੇਵਾਂਗੇ ਚਲੋ ਹੈ ਨਾ। ਤਾਂ ਕਰਕੇ ਇੱਥੇ ਫਿਰ ਮੈਂ ਜਿਹੜਾ ਮਸਾਲਾ ਨੀਚੇ ਡੁੱਲਦਾ ਹੁੰਦਾ ਉਹ ਸਾਰਾ ਇਕੱਠਾ ਕਰ ਦੇਵਾਂਗੀ। ਅਤੇ ਆ ਰਮਨੀਤ ਕਹਿੰਦਾ ਕਹਿੰਦਾ ਮੰਮਾ ਮੈਂ ਨਹੀਂ ਕਹਿੰਦਾ ਦਿੰਦਾ ਹੈਗਾ ਇਹ ਮਸਾਲਾ, ਕਹਿੰਦਾ ਇਸ 'ਚ ਕਹਿੰਦਾ ਮੈਂ ਆਪਣਾ ਘਰ ਪਾਵਾਂਗਾ ਹੈ ਨਾ। ਮੈਂ ਕਿਹਾ ਠੀਕ ਹੈ ਹੈ ਨਾ। ਅਤੇ ਇੱਥੇ ਚਲੋ ਜੀ ਹੁਣ ਸ਼ਾਮ ਹੋ ਗਈ ਸੀਗੀ, ਅੰਦਰੋਂ ਝਾੜੂ ਲਾ ਲਿਆ ਹੀ ਸੀਗੀ ਮੈਂ, ਤਾਂ ਇੱਕ ਵਾਰੀ ਮੈਂ ਕਿਹਾ ਚਲੋ ਇੱਥੇ ਵੀ ਹੁਣ ਝਾੜੂ ਲਗਾ ਦਿੰਦੇ ਹਾਂ, ਨਹੀਂ ਤਾਂ ਫਿਰ ਇਹੀ ਪੈਰ ਹੈ ਨਾ ਆਪਣੇ ਅੰਦਰ ਜਾਣਗੇ ਅੰਦਰ ਦੀ ਤਰਫ ਹੈ ਨਾ। ਅਤੇ ਇਸੇ ਕਰਕੇ ਸਵੇਰੇ ਤਾਂ ਚਲੋ ਸਵੇਰੇ ਵੀ ਮੈਂ ਲਗਾਤਾ ਸੀਗਾ, ਫਿਰ ਤੁਹਾਨੂੰ ਪਤਾ ਹੀ ਹੈ ਕੰਮ ਦੇ ਵਿੱਚ ਤਾਂ ਕਿੰਨੀ ਦੇਖੋ ਮਿੱਟੀ ਹੋ ਹੀ ਜਾਂਦੀ ਹੈ ਨਾ। ਮੈਂ ਕਿਹਾ ਇੱਕ ਵਾਰੀ ਫੇਰ ਲਗਾ ਦਿੰਦੀ ਹਾਂ, ਕਿਉਂਕਿ ਹੁਣ ਆਪਾਂ ਨੇ ਕਰਨਾ ਨਹੀਂ ਹੈਗਾ ਵੀ ਹੁਣ ਤਾਂ ਚਲੋ ਕੱਲ੍ਹ ਨੂੰ ਕਰਾਂਗੇ ਹੈ ਨਾ। ਐਵੇਂ ਹੌਲੀ ਹੌਲੀ ਕਰਦੇ ਹੁੰਦੇ, ਜਿਵੇਂ ਤੁਹਾਨੂੰ ਪਤਾ ਵੀ ਸਵੇਰੇ ਕੰਮ 'ਤੇ ਗਏ ਸੀਗੇ ਵਿਚਾਰੇ ਥੱਕ ਕੇ ਆਏ ਨੇ ਹੈ ਨਾ, ਵੀ ਚਲੋ ਆਪਣੀ ਦਿਹਾੜੀ ਲਗਾਏ ਆਏ ਨੇ, ਅਤੇ ਬਾਕੀ ਹੈ ਨਾ ਸਰੀਰ ਹੈ ਨਾ ਬੰਦਾ ਇਨਸਾਨ ਹੀ ਨੇ ਹੈ ਨਾ, ਮਸ਼ੀਨ ਤਾਂ ਹੈ ਨਹੀਂ ਗੀ ਵੀ ਹਾਂ ਵੀ ਇੰਨਾ ਇੰਨਾ ਕੰਮ ਹੋ ਜੂਗਾ ਵੀ ਸਵੇਰੇ ਆਪਣੇ ਕੰਮ 'ਤੇ ਵੀ ਫਿਰ ਸ਼ਾਮ ਨੂੰ ਹੈ ਨਾ ਐਵੇਂ ਵੀ ਹੈ ਨਾ। ਵੀ ਚਲੋ ਫਿਰ ਵੀ ਬਹੁਤ ਇਹਨਾਂ ਨੇ ਕਰਤਾ ਹੁਣ ਵੀ, ਯਾਨੀ ਕਿ ਲੱਗ ਗਏ ਸੀਗੇ ਇਹ 1:30 ਵਜੇ ਲੱਗ ਗਏ ਸੀਗੇ, ਅਤੇ ਸ਼ਾਮ ਨੂੰ 5 ਵਜੇ ਇੱਥੇ ਹਟ ਗਏ ਸੀਗੇ ਹੈ ਨਾ। 2-3 ਘੰਟੇ ਚਲੋ ਵਧੀਆ ਲਗਾ ਤੇ ਇਹਨਾਂ ਨੇ। ਅਤੇ ਚਲੋ ਜੀ ਇੱਥੇ ਹੁਣ ਮੈਨੇ ਵੀ ਸਾਫ਼ ਸਫਾਈ ਕਰਤੀਆਂ ਨੇ, ਅਤੇ ਮੈਨੂੰ ਵੀ ਬਸ ਐਂ ਸੀਗਾ ਵੀ ਕਿਉਂਕਿ ਇਹਨਾਂ ਨੂੰ ਨਾ ਕੰਮ ਤੋਂ ਬਾਅਦ ਇਹਨਾਂ ਨੂੰ ਵੀ ਫਿਰ ਸਫਾਈ ਜੀ ਐਂ ਹੁੰਦਾ ਵੀ ਗਾਹ ਜਿਹਾ ਪਿਆ ਹੋਇਆ ਨਾ ਦਿਖੇ ਹੈ ਨਾ। ਅਤੇ ਇੱਥੇ ਦੇਖੋ ਅਸੀਂ ਤਾਂ ਬਣਾ ਰਹੇ ਆਪਣੇ ਪੁੱਤ ਵਾਸਤੇ ਹੈ ਨਾ ਘਰ ਹੈ ਨਾ, ਵੀ ਚਲੋ ਪਰ ਇਹ ਕਹਿੰਦਾ ਕਹਿੰਦਾ ਮੈਨੇ ਤਾਂ ਕਹਿੰਦਾ ਆਪਣੇ ਕੁੱਤੇ ਵਾਸਤੇ ਬਣਾਉਣਾ, ਮੈਂ ਤਾਂ ਆਪਣਾ ਕੁੱਤਾ ਲੈ ਕੇ ਆਊਂਗਾ, ਆਪਣਾ ਘਰ ਬਣਾ ਰਿਹਾ ਇਹ ਕੁੱਤੇ ਵਾਸਤੇ ਘਰ ਬਣਾਉਂਦਾ। ਅਤੇ ਰਮਨੀਤ ਦੇ ਡੈਡੀ ਨੂੰ ਇਹਨੂੰ ਦੇਖ ਕੇ ਚਲੋ ਆਪਣਾ ਬਚਪਨ ਦਾ ਯਾਦ ਆ ਜਾਂਦਾ ਵੀ ਹਾਂ ਵੀ ਮੈਂ ਵੀ ਕਤੂਰੇ ਕਿਵੇਂ ਰੱਖਦਾ ਹੁੰਦਾ ਸੀਗਾ, ਅਤੇ ਆਈ ਜਾਂਦਾ ਹੈ ਨਾ ਬੱਚਿਆਂ ਨੂੰ ਦੇਖ ਕੇ ਆਪਣਾ ਬਚਪਨ ਦਾ ਯਾਦ ਆਈ ਜਾਂਦਾ। ਅਤੇ ਚਲੋ ਜੀ ਇੱਥੇ ਦੇਖੋ ਇਹਨਾਂ ਨੇ ਰਮਨੀਤ ਦੇ ਡੈਡੀ ਨੇ ਇੰਨੀ ਕਰਤੀ ਹੈ, ਪਹਿਲਾਂ ਯਾਨੀ ਕਿ ਕੱਲ੍ਹ ਵਿੰਡੋ ਤੱਕ ਸੀਗੀ, ਹੁਣ ਵਿੰਡੋ 'ਤੇ ਉੱਪਰ ਵਾਲੀ ਸਾਰੀ ਕਰਤੀ ਹੈ, ਅਤੇ ਕੁਛ ਹੁਣ ਥਕਾਵਟ ਵੀ ਚਲੋ ਇਹਨਾਂ ਨੂੰ ਹੋ ਗਈ ਸੀਗੀ। ਅਤੇ ਹੁਣ ਮੈਂ ਬਣਾ ਦਿੰਦੀ ਹਾਂ ਸ਼ੇਕ ਲਿਆਈ ਸੀਗੀ ਮੈਂ, ਅਤੇ 3 ਅਸੀਂ ਸ਼ੇਕ ਪੀ ਲਵਾਂਗੇ, ਸ਼ਾਮ ਨੂੰ ਮੈਂ ਬਣਾਇਆ ਨਹੀਂ ਸੀਗਾ ਕਿਉਂਕਿ ਉਹਨੂੰ ਥੋੜ੍ਹਾ ਕੁ ਹੋਇਆ ਪਿਆ ਜ਼ੁਕਾਮ। ਅਤੇ ਚਲੋ ਜੀ ਫਰੈਂਡ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ।